ਪੰਜਾਬ ਵਿੱਚ ਗੰਨਾ ਕਾਸ਼ਤਕਾਰਾਂ ਨੇ ਗੰਨਾ ਮਿੱਲਾਂ ਚਾਲੂ ਕਰਵਾਉਣ ਅਤੇ ਪਿਛਲਾ ਬਕਾਇਆ ਹਾਸਲ ਕਰਨ ਦੇ ਲਈ ਸੜਕਾਂ ਤੇ ਧਰਨੇ ਲਾ ਰੱਖੇ ਨੇ। ਇਨ੍ਹਾਂ ਧਰਨਿਆਂ ਦੇ ਨਾਲ ਜਿੱਥੇ ਪੰਜਾਬ ਸਰਕਾਰ ਦੇ ਹੱਥ ਪੈਰ ਫੁੱਲਦੇ ਨਜ਼ਰ ਆ ਰਹੇ ਨੇ, ਉੱਥੇ ਹੀ ਹੁਣ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਹੱਕ ਵਿੱਚ ਖੜਨ ਦਾ ਦਾਵਾ ਠੋਕ ਰਹੀਆਂ ਨੇ। ਚੰਡੀਗੜ੍ਹ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਚੀਮਾ ਦੀ ਅਗਵਾਈ ਵਿੱਚ ਆਪ ਆਗੂਆਂ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਹੈ ਕਿ ਰਾਜਪਾਲ ਦੇ ਦਬਾਅ ਦੇ ਸਦਕਾ ਸਰਕਾਰ ਗੰਨਾ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰੇ। ਪੰਜਾਬ ਦੇ ਰਾਜਪਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਰਪਾਲ ਚੀਮਾ ਨੇ ਦਾਅਵਾ ਕੀਤਾ ਕਿ ਅਕਾਲੀਆਂ ਅਤੇ ਕਾਂਗਰਸ ਦੇ ਆਗੂਆਂ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਉਨ੍ਹਾਂ ਦੇ ਨਿੱਜੀ ਮੁਫਾਦਾਂ ਦੇ ਕਾਰਨ ਕਿਸਾਨਾਂ ਦਾ ਗੰਨਾ ਨਹੀਂ ਵੇਖ ਰਿਹਾ। ਪੰਜਾਬ ਦੇ ਵਿੱਚ ਜਿੰਨੇ ਗੰਨਾ ਕਾਸ਼ਤਕਾਰ ਨੇ ਜਿਨ੍ਹਾਂ ਨੂੰ ਪ੍ਰਾਈਵੇਟ ਮਿੱਲਰ ਵੱਲੋਂ ਲੁੱਟਿਆ ਜਾ ਰਿਹਾ, ਚਾਹੇ ਉਹ ਅਕਾਲੀ ਦਲ ਦੇ ਮਿੱਲਰ ਨੇ ਚਾਹੇ ਕਾਂਗਰਸ ਪਾਰਟੀ ਦੇ ਮਿੱਲਰ ਨੇ, ਜਿਨ੍ਹਾਂ ਨੇ ਘੱਟੋ ਘੱਟ 35 ਰੁਪਏ ਦਾ ਡਿਫਰੈਂਸ ਰੱਖਿਆ ਗਾ, 35 ਰੁਪਏ ਲੁੱਟ ਜਿਹੜੀ ਹੈਗਾ ਪ੍ਰਤੀ ਕੁਇੰਟਲ ਕਿਸਾਨ ਦੀ ਹੋ ਰਹੀ ਆ, ਉਹਨੂੰ ਲੈ ਕੇ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ। ਇਸ ਤੋਂ ਬਿਨਾਂ 417 ਕਰੋੜ ਰੁਪਈਆ ਜਿਹੜਾ ਪੰਜਾਬ ਸਰਕਾਰ ਦਾ ਮਿੱਲਾਂ ਦੇ ਵੱਲ ਬਕਾਇਆ ਖੜਾ ਗਾ, ਮਿੱਲਾਂ ਨੇ ਦੇਣਾ ਕਿਸਾਨ ਭਰਾਵਾਂ ਦਾ, ਉਹਨੂੰ ਲੈ ਕੇ ਮਿਲ ਕੇ ਆਏ ਹਾਂ। ਅਗਰ ਕਿਸਾਨ ਦਾ ਜਿਹੜਾ ਗੰਨਾ ਗਾ ਪਿਆ ਰਹੂਗਾ, ਖੜਾ ਰਹੂਗਾ, ਤਾਂ ਉਹ 'ਚ ਪਾਣੀ ਜਿਹੜਾ ਸੁੱਕ ਜਾਊ ਗੰਨੇ 'ਚ, ਉਹਦੀ ਜਿਹੜੀ ਸ਼ੂਗਰ ਦੀ ਕੁਆਂਟਿਟੀ ਆ ਉਹ ਤਾਂ ਵੱਧ ਜੂਗੀ, ਪਰ ਪਾਣੀ ਘੱਟ ਕੇ ਉਹਦਾ ਜਿਹੜਾ ਵਜ਼ਨ ਆ ਘੱਟ ਜੂਗਾ। ਬਹੁਤ ਵੱਡੀ ਲੁੱਟ ਹੋ ਰਹੀ ਆ ਪੰਜਾਬ ਦੇ ਕਿਸਾਨਾਂ ਦੀ, ਉਹਨੂੰ ਲੈ ਕੇ ਅਸੀਂ ਅੱਜ ਗਵਰਨਰ ਸਾਹਿਬ ਨੂੰ ਮਿਲ ਕੇ ਹਾਂ। ਗਵਰਨਰ ਸਾਹਿਬ ਨੇ ਭਰੋਸਾ ਦਿੱਤਾ ਗਾ ਵੀ ਬੜੀ ਜਲਦੀ ਕਾਰਵਾਈ ਕਰਾਂਗੇ ਔਰ ਪੰਜਾਬ ਸਰਕਾਰ ਨੂੰ ਕੰਪੈਲ ਕਰਾਂਗੇ ਤਾਂ ਕਿ ਜਿਹੜੇ ਗੰਨਾ ਕਾਸ਼ਤਕਾਰ ਨੇ ਉਹਨਾਂ ਨੂੰ ਪੂਰਾ ਮੁੱਲ ਮਿਲ ਸਕੇ। ਇਸ ਸੰਬੰਧੀ ਅਸੀਂ ਮੰਗ ਕਰਕੇ ਹਾਂ।